नफरत फैलाउन वालियां वीडियोस तो तुसी बहुत वेखियां होनियां, तो एक वीडियो ए भी वेख लो, शायद तुहाडा नजरिया बदल जाए। बाबा मोतीराम मेहरा जी, माता गुजर कौर, छोटे साहबजादियां दी शहादत जिहड़ी सी, उन्हूं याद करदे होए, उन्हां नूं प्रणाम करदे होए, राजपूत मेरा जिहड़ी कौम है वह उन्हां दा देन नहीं दे सकदी। जदों उन्हां नूं पता लग्गिया कि इत्थे साहबजादियां नूं कैद करके रख्या होया ठंडे बुर्ज दे विच, ते बाबा मोतीराम मेहरा जी ने जिहड़े उत्थे दरबारी सी, चाह कढ़ना, साग रढ़ना ते कढ़ी कढ़ना, अगर उन्हें चंगे तरीके दे नाल काढ़ा तुसीं लवाओगे तां चीज़ अपने आप ही टेस्ट बनेगी जी। मेरे मां-बाप ने रखे तरलोक जी, तरलोक ते काम भी तरलोकां वाले, तीनों इंडिया वर्ल्ड कप तां खैर नहीं जीती, तुसीं ये कहा सीगा भी मैं लंगर लावांगा जदों इंडिया जित जांदी है, पर अज जिहड़ा तुसीं ये काम कीता इहदे नाल तुसीं दिल जरूर जित ले। इह भाईचारा जी परमात्मा बना के रखे और बहुत वधिया लगदा है, ਕਿਉਂਕਿ ਧਰਮ ਦੇ ਹੈਗੇ ਆ ਸਾਰੇ ਪਰਮਾਤਮਾ ਨੇ ਇੱਕੋ ਹੀ ਬਣਾਏ ਸਾਰੇ। ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਵਾਰਸ ਕਸ਼ਯਪ ਰਾਜਪੂਤ ਸਮਾਜ ਵੀ ਕਿੰਨੀ ਸ਼ਰਧਾ ਰੱਖਦਾ ਗੁਰੂ ਘਰ ਪ੍ਰਤੀ, ਵੇਖੋ ਖਾਸ ਤਸਵੀਰਾਂ ਚੰਡੀਗੜ੍ਹ ਤੋਂ। ਥੋੜ੍ਹਾ ਜਿਹਾ ਦੱਸਿਓ ਜੀ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਜਿਨ੍ਹਾਂ ਦਾ ਸਾਰਾ ਹੀ ਪਰਿਵਾਰ ਕੋਲੂ ਦੇ ਵਿੱਚ ਸਿਰਫ ਇਸ ਕਰਕੇ ਪੀੜ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਨੂੰ ਠੰਡੇ ਬੁਰਜ ਦੇ ਵਿੱਚ ਵਜ਼ੀਰ ਖਾਨ ਨੇ ਜਿੱਥੇ ਉਹਨਾਂ ਨੂੰ ਕੈਦ ਕੀਤਾ ਹੋਇਆ ਸੀ ਉੱਥੇ ਉਹਨਾਂ ਨੇ ਦੁੱਧ ਪਿਲਾਇਆ ਸੀ। ਤਾਂ ਤੁਹਾਡੀ ਕੀ ਭਾਵਨਾਵਾਂ ਨੇ? ਉੱਦਾਂ ਹੀ ਠੰਡ ਅੱਜ ਸਿਖਰ ਦੀ ਪੈ ਰਹੀ ਆ, ਪਰ ਅੱਜ ਤੁਸੀਂ ਪੂਰੀ ਸੰਗਤ ਦੇ ਵਿੱਚ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਵੇਖ ਰਹੇ ਹੋ। ਉਹਨਾਂ ਨੇ ਜਿਹੜੀ ਸ਼ਹਾਦਤ ਦਿੱਤੀ ਸੀਗੀ ਬਾਬਾ ਮੋਤੀ ਰਾਮ ਮਹਿਰਾ ਨੇ, ਉਹਨਾਂ ਨੂੰ ਕੋਈ ਭੁੱਲ ਨਹੀਂ ਸਕਦਾ ਹੈਗਾ ਜੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਰੱਖਿਆ ਹੋਇਆ ਠੰਡੇ ਬੁਰਜ ਦੇ ਵਿੱਚ, ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਜਿਹੜੇ ਉੱਥੇ ਦਰਬਾਰੀ ਸੀਗੇ ਉਹਨਾਂ ਨੇ ਉਹਨਾਂ ਨੂੰ ਅੱਗੇ ਜਾਣ ਨਹੀਂ ਸੀ ਦਿੱਤਾ ਹੈਗਾ, ਅਤੇ ਫਿਰ ਜਦੋਂ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਦੱਸੋ ਸਾਨੂੰ, ਅਸੀਂ ਤਾਂ ਉਹਨਾਂ ਨੂੰ ਦੁੱਧ ਪਿਲਾਉਣਾ ਹੈਗਾ, ਸਾਨੂੰ ਅੱਗੇ ਜਾਣ ਦਿਓ, ਪਰ ਉਹ ਕਹਿੰਦੇ ਨਹੀਂ, ਉਹਦੇ ਵਾਸਤੇ ਤੁਹਾਨੂੰ ਕੁਛ ਨਾ ਕੁਛ ਸਾਨੂੰ ਦੇਣਾ ਪਏਗਾ। ਅਤੇ ਉਹਨਾਂ ਨੇ ਆਪਣੇ ਜਿੰਨੇ ਵੀ ਘਰਾਂ ਦੇ ਜੇਵਰ ਸੀਗੇ ਸਾਰੇ ਉਹਨਾਂ ਨੂੰ ਦੇ ਦਿੱਤੇ ਗਏ ਸੀਗੇ, ਅਤੇ ਫਿਰ ਉਹਨਾਂ ਨੂੰ ਅੱਗੇ ਜਾਣ ਦਿੱਤਾ ਗਿਆ ਸੀਗਾ ਜੀ। ਘਰ ਵੀ ਗਿਰਵੀ ਰੱਖਦਾ ਸੀ ਅਤੇ ਘਰ ਦੇ ਗਹਿਣੇ ਆਪ ਦਿੱਤੇ ਸੀ ਕਹਿੰਦੇ ਉਹਨਾਂ ਨੂੰ, ਅਤੇ ਉਹ ਤੋਂ ਬਾਅਦ ਹੀ ਕਹਿੰਦੇ ਉਹਨਾਂ ਦਾ ਸਾਰਾ ਹੀ ਪਰਿਵਾਰ ਵਜ਼ੀਰ ਖਾਨ ਨੇ ਕੋਲੂ ਦੇ ਵਿੱਚ ਪੀੜ ਦਿੱਤਾ ਸੀ। ਬੱਚੇ ਬਜ਼ੁਰਗ ਉਹਨਾਂ ਦੇ ਸਾਹਮਣੇ ਹੀ ਮਤਲਬ ਨਾ ਹਾਂਜੀ ਕੋਲੂ 'ਚ ਹੀ ਪੜਵਾਤੇ ਸੀ। ਹਾਂਜੀ, ਇਸ ਕਰਕੇ ਉਹਨਾਂ ਦਾ ਆਪਾਂ ਮਤਲਬ ਜੋ ਸਾਡੀ ਰਾਜਪੂਤ ਮਹਿਰਾ ਜਿਹੜੀ ਕੌਮ ਹੈ ਉਹ ਉਹਨਾਂ ਦਾ ਦੇਣ ਨਹੀਂ ਦੇ ਸਕਦੀ। ਠੀਕ ਹੈ ਜੀ, ਠੀਕ ਹੈ ਨਾ, ਜੋ ਉਹਨਾਂ ਨੇ ਸਾਥ ਦਿੱਤੀ ਹੈ ਬਹੁਤ ਬੜੀ ਹੈ। ਠੀਕ ਹੈ, ਠੀਕ ਹੈ ਨਾ, ਅਸੀਂ ਤਾਂ ਇੱਕ ਬਸ ਮਹਾਰਾਜ ਉਹਨਾਂ ਦੀ ਉਹਨਾਂ ਨੇ ਜੋ ਦੱਸਿਆ ਉਹ ਕਰ ਰਹੇ ਹਾਂ ਜੀ। ਇੱਥੇ ਲਿਖਿਆ ਵੀ ਹੋਇਆ ਵੀ ਚੰਡੀਗੜ੍ਹ ਦੀ ਕਸ਼ਯਪ ਰਾਜਪੂਤ ਸਭਾ, ਅਤੇ ਲੋਕਾਂ ਨੂੰ ਵੀ ਪਤਾ ਲੱਗਾ ਕਿ ਇਹ ਜਿਹੜਾ ਸਮਾਜ ਬਾਬਾ ਜੀ ਦੇ ਨਾਲ ਜੁੜਿਆ ਹੋਇਆ ਹੈਗਾ, ਅਤੇ ਅਸੀਂ ਇਸੇ ਕਰਕੇ 22 ਸੈਕਟਰ ਚੁਣਿਆ ਸੀਗਾ। ਹਰ ਸਾਲ ਦੀ ਤਰ੍ਹਾਂ ਬਾਬਾ ਮੋਤੀਰਾਮ ਮਹਿਰਾ ਜੀ, ਗੁਜਰ ਕੌਰ, ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਸੀਗੀ ਉਹਨੂੰ ਯਾਦ ਕਰਦੇ ਹੋਏ, ਉਹਨਾਂ ਨੂੰ ਪ੍ਰਣਾਮ ਕਰਦੇ ਹੋਏ ਹਰ ਸਾਲ ਅਸੀਂ ਦੁੱਧ ਦਾ ਲੰਗਰ ਲਾਈਦਾ, ਜਿਹੜਾ ਲਾਇਆ ਅੱਜ ਫਿਰ ਚੁਣਿਆ ਸੀ ਕਿ ਸੈਕਟਰ 22 ਦੇ ਵਿੱਚ, ਪਰ ਸੰਗਤਾਂ ਨੇ ਵੀ ਤੁਸੀਂ ਦੇਖ ਹੀ ਰਹੇ ਹੋ ਪਿੱਛੇ ਕਿ ਪੂਰਾ ਸਹਿਯੋਗ ਦਿੱਤਾ ਹੈ। ਜਿੰਨਾ ਕੁ ਅਸੀਂ ਸੋਚੇ ਸੀ ਚਾਹ ਦਾ ਅਤੇ ਮੱਠੀਆਂ ਦਾ, ਉਸ ਤੋਂ ਮਤਲਬ ਡਬਲ, ਮਹਾਰਾਜ ਦੀ ਕਿਰਪਾ ਐਸੀ ਹੋਈ ਸੱਚੇ ਪਾਤਸ਼ਾਹ ਦੀ ਕਿ ਉਹ ਕੰਮ ਉਸ ਤੋਂ ਡਬਲ ਹੁਣ ਵੀ ਚੱਲ ਰਿਹਾ, ਔਰ ਸੰਗਤ ਬੜੀ ਹੋਵਾਂ ਕੇ ਆ ਰਹੀ ਨੇ। ਪੂਰਾ ਟ੍ਰੈਫਿਕ ਪੁਲਿਸ ਸੀ ਇੱਥੇ ਦੀ ਪ੍ਰਸ਼ਾਸਨ, ਉਹਨਾਂ ਨੇ ਵੀ ਸਾਥ ਦਿੱਤਾ, ਕੋਈ ਕਿਸੇ ਤਰ੍ਹਾਂ ਦੀ ਗੰਦਗੀ ਨਹੀਂ, ਬੜੇ ਵਧੀਆ ਤਰੀਕੇ ਨਾਲ, ਔਰ ਇਹੀ ਅੱਗੇ ਅਰਦਾਸ ਕਰਦੇ ਹਾਂ ਮਹਾਰਾਜ ਅੱਗੇ ਕਿ ਸਾਡੇ ਸਿਰ 'ਤੇ ਹੱਥ ਰੱਖਣ, ਹਰ ਸਾਲ ਦੀ ਤਰ੍ਹਾਂ ਅੱਗੇ ਵੀ ਅਸੀਂ ਇੱਦਾਂ ਕਰਦੇ ਰਹੀਏ। ਇੱਕ ਤਾਂ ਮੈਂ ਸਫਾਈ ਬਾਰੇ ਵੀ ਜ਼ਰੂਰ ਗੱਲ ਕਰਨੀ, ਦੇਖੋ ਸਫਾਈ ਦਾ ਦੇਖੋ ਕਿੰਨਾ ਧਿਆਨ ਰੱਖਿਆ ਜਾ ਰਿਹਾ, ਬਿਲਕੁਲ ਜੀ, ਵੀ ਸਾਰੀ ਚੀਜ਼ਾਂ ਨਾਲ ਦੀ ਨਾਲ, ਫਿਰ ਤੁਸੀਂ ਸੇਵਾਦਾਰ ਵੀ ਲਾਏ ਹੋਏ ਆ। ਬਿਲਕੁਲ ਬਿਲਕੁਲ ਜੀ, ਆਹ ਵੀ ਕਰੀ ਜਾ ਰਹੇ ਹਾਂ ਸਾਰੇ, ਮਤਲਬ ਇੱਕ ਟੀਮ ਹੀ ਸਮਝੋ ਬਣ ਗਈ, ਸੋਚਿਆ ਨਹੀਂ ਸੀਗਾ ਸਾਰੇ ਹੁਣ ਇੱਕ ਦੂਜੇ ਦੀ ਹੈਲਪ ਕਰ ਰਹੇ ਨੇ, ਔਰ ਕਿਸੇ ਤਰ੍ਹਾਂ ਦੀ। ਆ ਜਾਓ ਸਰ, ਛੱਕ ਲਓ ਜੀ, ਉਹ ਰੋਕੀ ਗੱਡੀ ਰੋਕੀ, ਠੰਡ ਵੀ ਬਹੁਤ ਹੈ ਨਾ, ਆ ਜਾਓ ਜੀ। ਮਤਲਬ ਆਪ ਜੀ ਪਬਲਿਕ ਸਾਰੀ ਟ੍ਰੈਫਿਕ ਦਾ ਕੰਟਰੋਲ ਵੀ ਕਰ ਰਹੀ ਹੈ, ਬੜਾ ਖੁਸ਼ੀ ਹੋਈ ਹੁਣ ਕੁਛ ਲੋਕ ਆਏ ਸੀਗੇ, ਉਹ ਦੱਸ ਰਹੇ ਧਰਮਸ਼ਾਲਾ ਤੋਂ ਆਏ ਨੇ, ਅਮੀਰਪੁਰ ਤੋਂ, ਕਿੰਨੀ ਕਿੰਨੀ ਦੂਰੋਂ ਸੰਗਤਾਂ ਆਈਆਂ, ਔਰ ਦੇਖੀਏ ਰਹੇ ਰਸ਼ ਪੂਰਾ ਹੈਗਾ। ਔਰ ਸਰ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸਾਂ, ਜਦੋਂ ਲੋਕ ਇਹ ਪੜ੍ਹਦੇ ਨਾ ਤਸਵੀਰ ਦੇਖਦੇ ਆ ਮਾਤਾ ਗੁਜਰ ਕੌਰ ਜੀ ਦੀ, ਚਾਰ ਸਾਹਿਬਜ਼ਾਦਿਆਂ ਦੀ, ਅਤੇ ਅੰਦਰ ਵੇਖਦੇ ਵੀ ਕੋਈ ਸਰਦਾਰ ਨਹੀਂ ਹੈਗਾ ਨਾ, ਇੱਕ ਗੱਲ ਇੱਕ ਇਹ ਵੀ ਸੰਦੇਸ਼ ਜਾਂਦਾ ਵੀ ਦੇਖੋ ਵੀ ਕਿੰਨਾ ਪਿਆਰ ਹੈ, ਇਹ ਵੀ ਆਪਣਾਪਨ ਕਿੰਨਾ, ਇਹ ਭਾਈਚਾਰਾ ਜੀ ਪਰਮਾਤਮਾ ਬਣਾ ਕੇ ਰੱਖੇ, ਔਰ ਬਹੁਤ ਵਧੀਆ ਲੱਗਦਾ ਕਿਉਂਕਿ ਧਰਮ ਜਿਹੜੇ ਹੈਗੇ ਆ ਸਾਰੇ ਪਰਮਾਤਮਾ ਨੇ ਇੱਕੋ ਹੀ ਬਣਾਏ, ਸਾਰੇ ਇੱਕੋ ਹੀ ਧਰਮ ਹੈ, ਇੱਕੋ ਹੀ ਜੋਤ ਹੈ, ਅਗਰ ਇਹ ਸਮਝੀਏ, ਪਰ ਇੱਦਾਂ ਦੀ ਕੋਈ ਚੀਜ਼ ਨਹੀਂ, ਹਰ ਬੰਦਾ ਸੇਵਾ ਕਰ ਰਿਹਾ, ਕੋਈ ਇੱਥੇ ਦੀ ਧਰਮ ਨਾਲ ਕੋਈ ਚੱਕਰ ਨਹੀਂ ਹੈ, ਹਿੰਦੂ ਸਿੱਖ ਮੁਸਲਿਮ ਈਸਾਈ ਸਾਰੇ ਪ੍ਰਸ਼ਾਦ ਲੈ ਕੇ ਜਾ ਰਹੇ ਨੇ,
चाह का लंगर छक के जा रहे हैं, बहुत अच्छा लग रहा है और मतलब दिलों खुशी हो रही है कि अगे तो भी परमात्मा साढ़े इस तो भी वध करवावे। सिंह साहब थोड़ा जहा दस्यो, मैं गलबात कर रहा था कि इंडिया वर्ल्ड कप तो खैर नहीं जीती, तुसी ये कहा सीगा भी मैं लंगर लावांगा जदों इंडिया जित जाती है, पर अज जिहड़ा तुसी ये काम किया इहदे नाल तुसी दिल जरूर जित ले। हाँ जी, उस गल का सानू बहुत अफसोस सीगा, असी तो पूरी प्लैनिंग तैयार की हुई सी, असी समान का भी ऑर्डर दे दिता सीगा कि वर्ल्ड कप इस बार अपना ही हैगा। पता नहीं किस्मत कहते ना कि 70% आदमी की खेड होंगी है तो 30% किस्मत होंगी है, तो वह 30% ने ही फाइनल मैच के हार पर मैं एक गल कहूँगा भी भावें जित होए भावें हार होए पर जमीर नहीं हारना चाहिए, हौसला नहीं हारना चाहिए। जी जी जी, हौसला नहीं कभी हारना, हौसला जनून अंदर होना चाहिए जी, हौसला कभी नहीं हारना चाहिए। चलो इस बार नहीं तो अगली बार ही सही, तो ये जो असी अज चाह का लंगर लगाया सी, अज छुट्टी का दिन, हर इंसान का कहता कि मैं छुट्टी वाले दिन घरों आराम ना उठागा, पर नहीं, साढ़े सेवादार 6:30-7 बजे के इन्होंने टाइम दिता कि 7 बजे तक असं स्पोर्ट से अपन ने अपना धुंद पई दी बहुत ज़्यादा, तो असं 7 बजे तो इतने असं स्पोर्ट से बैठे हाँ, तो 10:45-10 बजे के करीब असी चाह का लंगर शुरू करता स, तो कंटिन्यू ही चलता पाया 4-4.5 घंटे, बहुत आनंद माने असी भी, संगतान ने भी बहुत हुम हुमा के पहुंचिया इतने, तो बड़ा आनंद आया सानू जी, संगत भी काफ़ी आई हुई सी। सर थोड़ा जहा दस्यो जी चाह तुसी तैयार की है, मठिया भी बड़ी संगत मैं पूछ रहा सीगा, संगत कहती भी बहुत वधिया। असी कोई भी काम करिए ना जी दिल की भावना दे नाल करते हैं, हाँ नहीं तो ना करो चीज़, हाँ अगर दिल की भावना नाल काम करोगे तो हर चीज़ अच्छी बनेगी। इस चाह के असी इलाची तो छोटी पाई पाए से, 1 किलो अदरक असी कुट के स्पैशल, अच्छा वो चाह च पाया गया, साढ़े 4 पतीले क्विंटल क्विंटल दे, एक एक मतलब क्विंटल दे 4 पतीले असी चाह दे लगाए बाबा जी की मेहर के नाल, उ है कि चाह कढ़ना, साग रड़ना, तो कढ़ी कढ़ना, अगर उन्होंने चंगे तरीके काढ़ा तुम लवाओगे तो चीज़ अपने आप ही टेस्ट बनेगी जी। सही गल है, जो काढ़ा लग्या होगा तो ही कढ़ी बनती है, हाँ जी हाँ, नहीं तो फिर वह नाम की होंगी, नाम की होंगी जी, खोंचे तो फड़ लेंगे सारे अपने आप नूं कारीगर कहते हैं, पर नहीं खोंचा फड़ के कारीगर नहीं बनता, जो दिल की जो भावना ही अंदरों नहीं निकलेगी तो चीज़ अच्छी नहीं बनेगी। सही, इस करके असी अदरक अद्धा 1 किलो अदरक असी लिया स्पैशल कुट के वह असी चाह के पाया, सूँ पता कि अभी ठंड बहुत पैनी है, तो उस करके असी कंटिन्यू चाह का लंगर चलता पाया, सारे इकट्ठे हो गए करीदा, बिल्कुल जी, क्योंकि जी शहादत हुई सी देखो गुरु तेग बहादुर जी ने जी शहादत दी है, तिलक जंजू नू जदों उहदे उत्ते एक गल आ गई भी कोई मुसलमान धर्म तो इलावा कोई अपना नहीं सकता भारत के, तो जो पंडित गए ने कश्मीर के पंडित, तो वह कहें भी असी अपना सिर दे देंगे, है ना, ये जो रंग बिरंगे सानू रंग दिख रहे हैं, सभ्यता दिख रही है, कोई हिंदू है, कोई मुसलमान है, कोई साईं जी की पूजा कर रहा है, कोई किसी की पूजा कर रहा है, ये गुरु तेग बहादुर जी ने भी अपनी शहादत दी है, ता जाके सभ्यता बची हुई है भारत की। बिल्कुल बिल्कुल जी बिल्कुल, और बहुत अच्छा लग रहा है सारे इकट्ठे होके, कोई भी त्यौहार है या शहादत को प्रणाम करने वास्ते सारे आ रहे हैं, और देखो संगतों का उत्साह देख लो, चाह पी रहे ने जो मठी खा रहे नाल सेवा भी देई आ रहे हैं, पर कोई गल नहीं कहते नहीं साढ़ा ही पाओ, कोई दुध आला जा रहा है, चाह पी के जा रहा है, ड्रमी दुध भी देके जा रहा है, अच्छा मतलब दिलो मतलब कर रहे हैं, नीर वाइस चेयरमैन ने त्रिलोक जी बाई सैक्टर तो ने, ये शुरुआत करने वाले इतने बाई सैक्टर साढ़े वास्ते यही सके, अच्छा जी इन्होंने पॉइंट भी इन्होंने बनाया सी, और 4-5 दिन पहला बैठे सलाह बनी साड़ी, तो नो डाउट इन्होंने उपराला जो कामयाब होया, और बाकी तुम देख ही ले त्रिलोक जी पुछते एक तो ना इन्हों का ना ने बड़ा त्रिलोक ही रखता, मेरे माँ बाप ने रखे त्रिलोक जी, त्रिलोक इतने काम भी त्रिलोक वाले भावना है यही कि अपना लंगर वगैरह चलते रहने चाहिए, गरीब आदमी सहायता करनी जितनी ज्यादा हो सके उन्नी ज्यादा, हिंदू सिख दे जिहड़ा आपसी एक रिश्ता है उहदे लई तुहाडी की भावना है? भाजी हिंदू सिख सब एक बराबर है जी, हाँ जी ठीक है जी, चलो परमात्मा तुहानूं इस तरह ही हमेशा ही चढ़दी कला दे विच रखे, मुस्कुराउंदा रखे, तो जिहड़ा तुसीं काम कर रहे हो तुहानूं होर सेवा का बल बख्शे जी, बहुत बहुत धन्नवाद, तो सर दे लई आ भी इंडिया जरूर जिताउणी आ, थोड़ा फिर आपां लंगर छकण आवांगे, ठीक है जी, बहुत बहुत धन्नवाद जी, वाहिगुरू जी खालसा वाहिगुरू जी की फतह।